वाली बात मैं आपको बताऊं, मुझे पता चला कल रात ये लोग बर्गर खाते रहे हैं, कल रात ये लोग पिज़्ज़े खाते रहे हैं, एना नु क्रिकेट छुड़ाओ ते दंगल लड़वाओ, इनसे को दंगल लड़े, मतलब कोई फिटनेस कोई कुछ नहीं, यहां पे हम लोग इनसे इतनी उम्मीदें बना के बैठे हैं, ते एना नु बर्गर खवाओ, एना नु लेके चलो लाहौर, उठे पराठे खवाओ, कढ़ाइयां खवाओ, एना दे टेढ़ा टे वड्डे कराओ, ये क्या हो रहा है इधर? हम इतना टाइम पैसा सब कुछ लगा के आते हैं, कोई फिटनेस का ख्याल नहीं यार भाई। ਕਿਹੜਾ ਸ਼ਾਟ ਮਾਰਦੇ ਸ਼ੀਸ਼ੇ ਚੱਕੇ ਕਰਦੇ ਐਵੇਂ ਨੱਕ ਚਾੜ ਕੇ ਰੱਖ ਸਾਂਭ ਚੜਤਾ ਮਿਲਣ ਤੇ ਡੁੱਲਦੀ ਕਰੀਮ ਬੱਲੀਏ ਸਿੱਧਾ ਕਸਮ ਵਾਲੀ ਬਾਤ ਮੈਂ ਆਪਕੋ ਬਤਾਊਂ ਮੁਝੇ ਪਤਾ ਚਲਾ ਕਲ ਰਾਤ ਯੇ ਲੋਗ ਬਰਗਰ ਖਾਤੇ ਰਹੇ ਹੈਂ ਕਲ ਰਾਤ ਯੇ ਲੋਗ ਪੀਜ਼ੇ ਖਾਤੇ ਰਹੇ ਹੈਂ ਇਹਨਾਂ ਨੂੰ ਕ੍ਰਿਕਟ ਛੁਡਾਓ ਤੇ ਦੰਗਲ ਲੜਵਾਓ ਇਨਸੇ ਕੋ ਦੰਗਲ ਲੜੇ ਮਤਲਬ ਕੋਈ ਫਿਟਨੈਸ ਕੋਈ ਕੁਛ ਨਹੀਂ ਯਹਾਂ ਪੇ ਹਮ ਲੋਗ ਇਨਸੇ ਇਤਨੀ ਉਮੀਦੇ ਬਣਾ ਕੇ ਬੈਠੇ ਤੇ ਇਹਨਾਂ ਨੂੰ ਬਰਗਰ ਖਵਾਓ ਇਹਨਾਂ ਨੂੰ ਲੈ ਕੇ ਚਲੋ ਲਾਹੌਰ ਉੱਥੇ ਪਰਾਠੇ ਖਵਾਓ ਕੜਾਈਆਂ ਖਵਾਓ ਇਹਨਾਂ ਦੇ ਟੇਢਾ ਟੇ ਵੱਡੇ ਕਰਾਓ ਇਹ ਕੀ ਹੋ ਰਿਹਾ ਇਧਰ ਹਮ ਇਤਨਾ ਟਾਈਮ ਪੈਸਾ ਸਭ ਕੁਛ ਲਗਾ ਕੇ ਆਤੇ ਕੋਈ ਫਿਟਨੈਸ ਕਾ ਖਿਆਲ ਨਹੀਂ ਯਾਰ ਭਾਈ।